ਹਾਂਜੀ ਦੋਸਤੋ, ਪੰਜਾਬ ਹੱਬ ਦੇਖ ਰਹੇ ਹੋ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲਬਾਤ ਦੋਸਤੋ ਬਾਈ ਸਿੱਧੂ ਮੂਸੇਵਾਲੇ ਬਾਈ ਦੀ ਕਰਾਂਗੇ। ਸਿੱਧੂ ਦੇ ਨਵੇਂ ਟਰੈਕ ਦੀ ਉਡੀਕ ਕੀਤੀ ਜਾ ਰਹੀ ਹੈ। ਸਿੱਧੂ ਦਾ ਲਾਸਟ ਟਰੈਕ ਹੁਣ ਅਟੈਚ ਟਾਈਟਲ ਦੇ ਨਾਲ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਗਾਣਾ ਵਿਦ ਵੀਡੀਓ ਰਿਲੀਜ਼ ਕੀਤਾ ਗਿਆ ਸੀ। ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਸਾਹਿਬ ਦੇ ਵੱਲੋਂ ਕਿਹਾ ਸੀ ਕਿ ਸਾਲ ਦੇ ਵਿੱਚ ਉਹ ਦੋ ਗਾਣੇ ਤਾਂ ਪੱਕਾ ਹੀ ਰਿਲੀਜ਼ ਕਰਨਗੇ, 5 ਜਨਵਰੀ ਅਤੇ 11 ਜੂਨ ਨੂੰ। 5 ਜਨਵਰੀ ਨੂੰ ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਸਾਹਿਬ ਦਾ ਜਨਮਦਿਨ ਹੁੰਦਾ ਹੈ ਅਤੇ 11 ਜੂਨ ਨੂੰ ਸਿੱਧੂ ਦਾ ਜਨਮਦਿਨ ਹੁੰਦਾ ਹੈ। ਅਤੇ ਹੁਣ ਦੋਸਤ, ਸਿੱਧੂ ਮੂਸੇਵਾਲੇ ਬਾਈ ਨਾਲ ਜੁੜੇ ਹੋਏ ਫੈਨ ਪੇਜਾਂ ਦੇ ਉੱਤੇ ਇੱਕ ਅਪਡੇਟ ਸ਼ੇਅਰ ਕੀਤੀ ਜਾ ਰਹੀ ਹੈ ਕਿ ਇਸੇ ਹੀ ਮਹੀਨੇ ਦੇ ਲਾਸਟ ਦੇ ਉੱਤੇ ਸਿੱਧੂ ਦੇ ਨਵੇਂ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਜਾ ਸਕਦਾ ਹੈ ਅਤੇ ਕਿਤੇ ਨਾ ਕਿਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰੀ ਰੀਬਰਥ ਟਰੈਕ ਦਾ ਪੋਸਟਰ ਸ਼ੇਅਰ ਕੀਤਾ ਜਾ ਸਕਦਾ ਹੈ। ਰੀਬਰਥ ਟਰੈਕ ਦੇ ਆਲਰੇਡੀ 3 ਵਰਜ਼ਨ ਆਪਾਂ ਸੁਣ ਚੁੱਕੇ ਹਾਂ। ਸਭ ਤੋਂ ਪਹਿਲਾਂ ਬਿੱਗ ਬਰਡ ਵਾਲਾ ਵਰਜ਼ਨ ਲੀਕ ਕੀਤਾ ਸੀ ਸਨੀ ਮਾਰਟਨ ਹੁਣਾਂ ਦੇ ਵੱਲੋਂ, ਉਸ ਤੋਂ ਬਾਅਦ ਜੀ ਫੰਕ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਲਾਈਵ ਦੇ ਵਿੱਚ ਰੀਬਰਥ ਗਾਣੇ ਦਾ ਇੱਕ ਵਰਜ਼ਨ ਸੁਣਾਇਆ ਗਿਆ ਸੀ। ਅਤੇ ਸਿੱਧੂ ਦੇ ਜਾਣ ਦੇ ਪਿੱਛੋਂ ਬਰਨਾ ਬੋਏ ਨੇ ਵੀ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕਰਕੇ ਰੀਬਰਥ ਗਾਣੇ ਦਾ ਇੱਕ ਵਰਜ਼ਨ ਸੁਣਾਇਆ ਸੀ। ਅਤੇ ਸਿੱਧੂ ਵੱਲੋਂ ਆਪਣੇ ਹੁੰਦਿਆਂ ਹੀ ਇਹ ਕਨਫਰਮ ਕਰ ਦਿੱਤਾ ਗਿਆ ਸੀ ਕਿ ਰੀਬਰਥ ਟਰੈਕ ਸਨੈਪੀ ਦੇ ਮਿਊਜ਼ਿਕ ਦੇ ਵਿੱਚ ਰਿਲੀਜ਼ ਹੋਊਗਾ। ਜਦੋਂ ਨੋ ਨੇਮ ਈਪੀ ਰਿਲੀਜ਼ ਕੀਤੀ ਗਈ ਸੀ ਤਾਂ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਸਨੈਪੀ ਨੇ ਕਮੈਂਟ ਕੀਤਾ ਸੀ ਮਾਈਨ ਇਜ਼ ਰੀਬਰਥ, ਤਾਂ ਸਿੱਧੂ ਨੇ ਇਸਦਾ ਰਿਪਲਾਈ ਕੀਤਾ ਸੀ ਟੀਜ਼ਿੰਗ। ਅਤੇ ਬਾਅਦ ਦੇ ਵਿੱਚ ਬਾਈ ਅਵਰੀ ਸਿੱਧੂ ਹੁਣਾਂ ਵੱਲੋਂ ਵੀ ਇੱਕ ਵਾਰ ਸ਼ੇਅਰ ਕੀਤਾ ਗਿਆ ਸੀ ਕਿ ਇਹ ਗਾਣਾ ਪੂਰਾ ਬਣ ਕੇ ਤਿਆਰ ਹੋਇਆ ਹੋਇਆ ਹੈ ਅਤੇ ਨਾਲੇ ਉਹਨਾਂ ਨੇ ਇਹ ਗੱਲਬਾਤ ਵੀ ਕਨਫਰਮ ਕੀਤੀ ਸੀ ਕਿ ਇਹ ਗਾਣਾ ਸਨੈਪੀ ਦੇ ਮਿਊਜ਼ਿਕ ਦੇ ਵਿੱਚ ਰਿਲੀਜ਼ ਹੋਊਗਾ। ਅਤੇ ਸਿੱਧੂ ਨਾਲ ਜੁੜੇ ਹੋਏ ਫੈਨ ਪੇਜਾਂ ਦੇ ਵੱਲੋਂ ਵੀ ਇਹ ਜਾਣਕਾਰੀ ਸ਼ੇਅਰ ਕੀਤੀ ਗਈ ਸੀ ਨੈਕਸਟ ਟਰੈਕ ਹੁਣ ਰੀਬਰਥ ਰਿਲੀਜ਼ ਹੋ ਸਕਦਾ ਹੈ। ਬਾਕੀ ਰੀਬਰਥ ਗਾਣੇ ਦੇ 3 ਵਰਜ਼ਨ ਨੇ ਅਤੇ 3 ਵਰਜ਼ਨਾਂ ਦੇ ਵਿੱਚੋਂ ਆਪਾਂ ਨੂੰ 2 ਵਰਜ਼ਨਾਂ ਦਾ ਪਤਾ ਹੈ ਵੀ 1 ਵਰਜ਼ਨ ਦਾ ਮਿਊਜ਼ਿਕ ਜੀ ਫੰਕ ਨੇ ਕੀਤਾ, 1 ਦਾ ਬਿਗ ਬਰਡ ਨੇ ਅਤੇ ਜਿਹੜਾ ਬਰਨਾ ਬੋਏ ਨੇ ਸ਼ੇਅਰ ਕੀਤਾ ਸੀ ਉਹਦੇ ਬਾਰੇ ਹਜੇ ਕਨਫਰਮ ਨਹੀਂ ਹੈਗਾ ਵੀ ਕਿਹੜੇ ਮਿਊਜ਼ਿਕ ਪ੍ਰੋਡਿਊਸਰ ਦੇ ਵੱਲੋਂ ਉਸ ਗਾਣੇ ਦਾ ਮਿਊਜ਼ਿਕ ਕੀਤਾ ਗਿਆ। ਹੋ ਸਕਦਾ ਹੈ ਕਿ ਉਹ ਵਰਜ਼ਨ ਹੀ ਓਫੀਸ਼ਲੀ ਰਿਲੀਜ਼ ਕੀਤਾ ਜਾਏ। ਬਾਕੀ ਜੇ ਰੀਬਰਥ ਗਾਣਾ ਵੀ ਨਾ ਰਿਲੀਜ਼ ਕੀਤਾ ਗਿਆ ਤਾਂ ਵੀ ਜਨਵਰੀ ਮਹੀਨੇ ਦੇ ਵਿੱਚ ਸਿੱਧੂ ਦਾ ਕੋਈ ਨਾ ਕੋਈ ਗਾਣਾ ਰਿਲੀਜ਼ ਕੀਤਾ ਜਾਊਗਾ। ਤੁਹਾਨੂੰ ਇਸ ਦੇ ਬਾਰੇ ਕੀ ਲੱਗਦਾ ਹੈ ਕਮੈਂਟ ਸੈਕਸ਼ਨ 'ਚ ਦੱਸ ਦਿਓ ਅਤੇ ਹੋਰ ਅਪਡੇਟ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ।